ਅੱਛਾ ਜੀ, ਸਮੀਰ ਕਬੀਰ ਆ ਮੈਮ ਦੇ ਪਾਪਾ ਆਏ ਨੇ ਤੇ ਆਉਂਦਿਆਂ ਵਾਸਤੇ ਇਹਨਾਂ ਨੇ ਗਿਫਟ ਤਿਆਰ ਕੀਤੇ ਨੇ, ਕੋਈ ਆਪਣੇ ਪਾਪਾ ਵਾਸਤੇ ਆਪ ਹੀ ਖੁਦ ਬਣਾ ਬਣਾ ਕੇ ਇਹਨਾਂ ਨੇ ਲੱਗੇ ਉਹ ਓਪਨ ਹੋ ਗਏ। ਤੂੰ ਨੀ ਕਹੀਦਾ, ਤੁਸੀਂ ਕਹੀਦਾ। ਪਾਣੀ ਨਾਲ ਅਸੀਂ ਸਾਡੇ ਗਿਫਟ ਉੱਪਰ ਪਏ ਹੁੰਦੇ। ਫਾਦਰ ਸਮੀਰ ਆਸਫ ਸੂਈ ਕੱਢਣੀ ਹੈ। ਮੈਨੂੰ ਵੀ ਕੋਈ ਨੀ ਪਤਾ, ਹੁਣ ਯਾਦ ਭੁੱਲ ਗਿਆ। ਬਸ ਕਰੋ, ਮੈਂ ਤਾਂ ਥੱਕ ਗਈ ਆ। ਆਸਫ ਜੀ ਪਾਪਾ ਖੋਲੋ ਤੋ ਬਸ ਪੈਣੀ ਪਾਪਾ। ਲਾ ਕੇ ਵਖਾ ਮਲ ਕਿਵੇਂ ਲਾਈ ਮੈਂ ਲਾਣਾ ਵਾ ਇਹ ਤੂੰ ਇਹਨੂੰ ਖੋਲ ਕੇ ਤੂੰ ਇਹਨੂੰ ਲਾ ਦਿੰਦਾ।
ਅੱਛਾ ਇਹ ਸਮੈਲ ਬੜੀ ਪਿਆਰੀ ਹੈ। ਚਲੋ ਬਸ ਕਰੋ ਹੁਣ ਸਾਰੀਆਂ ਪੈਨਸਲਾਂ ਚੁੱਕ ਚੁੱਕ ਕੇ ਇੱਥੇ ਪਾਈਆਂ ਵਿੱਚ ਇਹਦੇ ਦਫ਼ਤਰੇ ਜਾਣਾ ਇਹਨਾਂ ਲਿਖ ਲਿਆ। ਚਲੋ ਬਸ ਕਰੋ ਹੁਣ ਜਿਹੜੀਆਂ ਰੱਖੀਆਂ ਸੀ ਉਹ ਨਹੀਂ ਪਹੁੰਚ ਚੁੱਕੀਆਂ ਅੱਛਾ ਜੀ ਗਿਫਟ ਓਪਨ ਕਰ ਲਿਆ ਹੁਣ ਨਾਲ ਕੋਈ ਚਾਹ ਪਾਣੀ ਹੋ ਜਾਵੇ ਅੱਛਾ ਜੇ ਪਾਣਾ ਤਾਂ ਤੁਸੀਂ ਜਿਹੜਾ ਮੈਂ ਤੁਹਾਨੂੰ ਇੱਕ ਇੱਕ ਫਿਰ ਕਾਫੀ ਤੋੜੀ ਬਣਦੀ ਹੁਣ ਇੱਕ ਐ ਲੋ ਜੀ ਹੁਣ ਇੱਕ ਇੱਕ ਕਾਫੀ ਐ ਚਲ ਸਹੀ ਹੋ ਗਿਆ ਚਲੋ ਚਲੋ ਜੀ ਅਸਮੀਰ ਬੇਟੇ ਨੇ ਜੇ ਇਹਨਾਂ ਬੱਚਿਆਂ ਨੇ ਗਿਫਟ ਉਹਨਾਂ ਇੱਕ ਚੈੱਕ ਕਰ ਲੈਣੇ ਅਸੀਂ ਅਤੇ ਹੁਣ ਜੀ ਸੰਭਾਲ ਲੈਣੇ ਆਪਣੇ ਗਿਫਟ ਸਾਈਨ ਪਲੀਜ਼ ਅਸੀਂ ਤਾਂ ਆਪਣਾ ਗਿਫਟ ਦੇਣ ਪਾਪਾ ਵੀ ਆਪਣਾ ਗਿਫਟ ਦੇਣ ਲੱਗਾ ਪਾਪਾ ਤੁਹਾਡੇ ਨਾਲ ਬਾਤ ਕੀਤੀ ਆ ਮੈਂ ਸ਼ਬਾਦ ਕਿਉਂ ਦੇ
ਸ਼ਾਬਾਸ਼ ਗੱਡੀ ਦੇ ਵਿੱਚ ਤੈਨੂੰ ਬਾਹਰ ਉਲਟਾ ਪਾ ਕੇ ਝਾੜਨੇ ਬਾਲਟੀਆਂ ਦੇ ਵਿੱਚ ਕੀ ਹੈ ਭਾਰੀਆਂ ਬੜੀਆਂ ਚਾਚੇ ਨੂੰ ਵੀ ਜਾਣਾ ਪੁੱਕੂ ਨਾ ਜਿਹੜੀ ਤੇਰੀ ਪੁੱਕੂਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਵੰਡ ਕੇ ਸਕਦੇ ਆ ਉਹਨਾਂ ਦੇ ਡੈਡੀ ਕੋਲ ਪਹਿਲੀ ਵਾਰ ਵੇਖਣ ਲੱਗੇ ਆ ਗਿਆ ਬਸ ਮੈਨੂੰ ਕੈਮਰਾ ਨਾ ਫੜਾਇਆ ਮੈਨੂੰ ਸਹੀ ਲੱਗਦਾ ਫੜਨਾ ਦੋਵੇਂ ਖਤਾਈਆਂ ਨੇ ਮੇਰੇ ਤਾਂ ਬਰਫੀ ਲੱਗਦੀ ਹੈ ਕਿੰਨੀਆਂ ਵਰਾਇਟੀਆਂ ਲੈ ਆਇਓ ਕਿੰਨੀਆਂ ਬਣਾਈਆਂ ਲੈ ਕੇ ਆ ਗਏ ਇੱਕ ਦੋ ਤਿੰਨ ਚਾਰ ਪੰਜ ਛੇ ਤੇ ਇੱਕ ਸੱਤ ਤੇ ਇੱਕ ਅੱਠ ਅੱਠ ਵਰਾਇਟੀਆਂ ਅਲੱਗ ਅਲੱਗ ਕੋਈ ਵੀ ਕੋਈ ਨਹੀਂ ਮਿਲਦੀ ਬਾਬਾ ਐ ਤੇ ਆ ਇੱਕੋ ਨੀ ਨਹੀਂ ਆ ਨਰਮ ਨੇ ਅੰਦਰ ਕਿੰਨੀਆਂ ਵਰਾਇਟੀਆਂ ਲੈ ਨੇ ਬਾਬਾ ਅਜੇ ਇੱਕ ਵਰਾਇਟੀ ਹੈ ਪਈ ਹੈ ਸਮਾਨ ਹੈ ਸਾਡੇ ਕੋਲ ਕੁੱਟ ਕੁੱਟ ਕੇ ਬਣਾਉਣੇ ਸਭ ਤੋਂ ਪਹਿਲੇ ਨਾ ਜਿਹੜਾ ਕਬੀਰ ਹੈ ਨਾ ਇਹਨੂੰ ਜਿਹੜੀ ਸ਼ੈ ਪਸੰਦ ਹੋਈ ਉਹਨੂੰ ਉਹ ਦੇਣੀ ਉਹ ਖਾਏਗਾ ਅੰਦਰ ਮੇਰਾ ਉਹਦੇ ਨਾਲ ਦੋਸਤੀ ਯਾਰ ਹੈ ਮੇਰਾ ਅੱਛਾ ਐਦਾਂ ਕਰਕੇ ਖਲੱਟਾ ਸਾਹਮਣੇ ਤਾਇਆ ਉਹਦੇ ਨਾਲ ਜਿਆਦਾ ਪਿਆਰ ਕਰਦਾ ਹੈ ਹਾਂ
ਪਾਪਾ ਮਾਮਾ ਮੈਂ ਬਾਬਾ ਇੱਥੇ ਨਾ ਪ੍ਰੈਕਸ਼ਨ ਕੀਤੀ ਹੈ ਕੇਕ ਬਣਾਉਣੇ ਦੀ, ਅੱਜ ਮੈਂ ਅੱਜ ਬਣਾਉਣਾ ਖਬਰ ਬਣਾਈਆਂ ਨਾ ਕੇਕ ਸਾਰੀਆਂ ਨਹਿਰਾਂ ਨਾਲ ਕੇਕ ਬਣਾਈਏ ਕਿਹੜਾ ਕੇਕ ਮੈਂ ਦੁਕਾਨਾਂ ਚੀਜ਼ਾਂ ਲਿਆ ਲਿਆ ਬਣਾ ਬਣਾ ਕੇ ਮੰਮਾ ਨੂੰ ਖਵਾਉਣਾ ਨਹੀਂ ਮੈਂ ਖਾਣਾ ਇਹ ਪਾਪਾ ਜਲਦੀ ਨਹੀਂ ਖਰਾਬ ਹੋ ਜਾਂਦੀਆਂ ਮੈਂ ਤਜਰਬਾ ਕੀਤਾ ਚਲੋ ਜੀ ਸਾਰੇ ਬੱਚੇ ਖੁਸ਼ ਹੋ ਗਏ ਮਾਸ਼ਾਅੱਲਾ ਤੇ ਇਹ ਚੀਜ਼ਾਂ ਹੁਣ ਜਿਹੜੀਆਂ ਨਾ ਫਿਰ ਮੈਂ ਸਾਈਡ ਤੇ ਕਰਕੇ ਰੱਖਦਾ ਤੇ ਫਿਰ ਜਿਹੜੀ ਸ਼ੈ ਖਾਣੀ ਉਹ ਡੱਬਾ ਲੈ ਤਾ ਚੁੱਕ ਕੇ ਫਿਰ ਖਾ ਲੈਂਦੇ ਹਾਂ ਖਾਂਦੇ ਆ ਪੁੱਤਰ ਜਿਹੜਾ ਨਾ ਇੱਕ ਚੀਜ਼ਾਂ ਜਿਹੜੀਆਂ ਨਾ ਸਾਰੀ ਡੱਬੇ ਖੋਲ ਕੇ ਖਰਾਬ ਨਹੀਂ ਕਰਨੇ ਹੈ ਥੋੜੇ ਥੋੜੇ ਕਰਕੇ ਖਾਵਾਂਗੇ ਫਿਰ ਹੈਂ ਖਾਣਾ ਛਾਣਾ ਦਿੰਦੇ ਹਾਂ ਹੁਣ ਡੱਬਾ ਖੋਲਣਾ ਪਹਿਲੇ ਇੱਕ ਡੱਬਾ ਹੀ ਖੋਲੋ ਨਾ ਪਹਿਲੇ ਸਾਰੇ ਨਾ ਖੋਲੋ ਹਾਂ ਇੱਕ ਡੱਬਾ ਖੋਲ ਕੇ ਪਹਿਲੇ ਖਤਮ ਕਰ ਲਓ ਉੱਥੇ ਰੱਖੋ ਮੈਂ ਵੀ ਖਾਂਦਾ ਮੈਂ ਕੱਢ ਲੈਣਾ ਆਪੇ ਹਾਂ ਤੁਸੀਂ ਆਪਣਾ ਜਿਹੜਾ ਉਦੋਂ ਕੱਢ ਕੇ ਨਾ ਖਾ ਲਓ ਪਹਿਲੇ ਇੱਕ ਡੱਬਾ ਖਤਮ ਕਰ ਲਿਓ ਨਾ ਫਿਰ ਦੂਸਰਾ ਡੱਬਾ ਇਸ ਤਰ੍ਹਾਂ ਵਾਰੀ ਵਾਰੀ ਨਾਲ